ਕਹਿੰਦਾ ਤੇਰੇ ਤੋਂ ਬਦਲਾ ਲੈਣਾ ਬਸ ਉਸੇ ਚੀਜ਼ ਦਾ ਬਦਲੇ ਦੀ ਬਾਰ ਬਾਰ ਧਮਕੀਆਂ ਅੱਜ ਪੁੱਤਰ ਦੇ ਸਾਰ ਤੇਰੇ ਥੱਪੜ ਮਾਰ ਦੇਣਾ ਮੁੰਡੇ ਤੇ ਹੱਥ ਵੀ ਚੱਕਿਆ ਉਹਨੇ ਮੂਵੀ ਇਹ ਸਾਰਾ ਕੁਝ ਹੈ ਤੁਹਾਨੂੰ ਦਿਖਾ ਮੂਵੀ ਦਿਖਾਓ ਇਹ ਦੇਖੋ ਗੰਦ ਕਿੱਦਾਂ ਪਿਆ ਰਹਿੰਦਾ ਮੂਵੀ ਦਿਖਾਓ ਅਸੀਂ ਤਾਂ ਸਰ ਬਕਾਇਦਾ ਮੂਵੀ ਸ਼ਰਾਬ ਤਾਂ ਪਲਾਉਂਦੇ ਸਰ ਇੱਥੇ ਸਾਡਾ ਜੀਣਾ ਆਰਾਮ ਹੈ ਮੱਲੇ ਵਾਸੀਆਂ ਦਾ ਇਹ ਦੇਖੋ ਸਾਡੀ ਦੁਕਾਨ ਦੇ ਬਾਹਰ ਕੂੜਾ ਹੈ ਦੁਕਾਨ ਦੇ ਬਾਹਰ ਕੂੜਾ ਸਰ ਇਹ ਹੱਲ ਆ ਕੋਈ ਸਾਡਾ ਸਰ ਚੱਕਦੇ ਨਹੀਂ ਨਹੀਂ ਸਰ ਸਵੇਰੇ ਅਸੀਂ ਸਾਂਝ ਕਰਨਾ ਪੈਂਦਾ ਸਾਡਾ ਬੁਰਾ ਹਾਲ ਆ ਕਿੰਨਾ ਕੁ ਸਰ ਬੰਦਾ ਕਰੇਗਾ ਉੱਪਰ ਘਰ ਹੈ ਸਮਝਦੇ ਨਹੀਂ ਪਿਆਰ ਨਾਲ ਕਿ ਕੰਮ ਕਰੋ ਸਾਰੇ ਰੋ ਪਰ ਨਹੀਂ ਹਟਦੇ ਨਹੀਂ ਆ ਹਟਦੇ ਨਹੀਂ ਆ ਹਰ ਥੋੜੀ ਦੇਰ ਬਾਅਦ ਪਹਿਲਾਂ 4 ਵਜੇ ਮੇਰੇ ਨਾਲ ਹੋਇਆ 6 ਵਜੇ ਉਹ ਮੱਲੇ ਵਾਲਿਆਂ ਨਾਲ ਹੋ ਗਿਆ ਸਰ ਕਿਸੇ ਨਾ ਕਿਸੇ ਨਾਲ ਕਰੀ ਜਾਂਦੇ ਆ ਭੈਣ ਦੀਆਂ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਤੈਨੂੰ ਜਾਨ ਤੋਂ ਮਾਰਦਾ ਮੈਂ ਤੈਨੂੰ ਜਾਨ ਤੋਂ ਮਾਰਦਾ ਕਹਿ ਰਹੇ ਕਿ ਸਾਡੇ ਗੇਟ ਦੇ ਮੂਰੇ ਕੂੜਾ ਸਿੱਟਦੇ ਨੇ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਕੁਛ ਨਹੀਂ ਹੈਗਾ ਜਿਨ੍ਹਾਂ ਨੇ ਸ਼ਰਾਬ ਦੀ ਬੋਤਲ ਦੀ ਗੱਲ ਕੀਤੀ ਹੈ ਨਾ ਉਹ ਆਪ ਪਿੱਛੇ ਕੋਠੇ ਤੇ ਖੜੇ ਹੋ ਕੇ ਗਾਣੇ ਲਾ ਕੇ ਸ਼ਰਾਬ ਪੀਂਦੇ ਮੇਰੇ ਸਾਹਮਣੇ ਉਹਨਾਂ ਨੇ ਬੋਤਲਾਂ ਸੱਟੀਆਂ ਵਾਈਫ ਨੂੰ ਬਦਤਮੀਜ਼ੀ ਕਰਨ ਲੱਗ ਗਿਆ ਗਾਲੀ ਗਲੋਚ ਕਰਨ ਲੱਗ ਗਿਆ ਤਿੰਨ ਵਾਰੀ ਅੱਗੇ ਵੀ ਕੀਤੀ ਸੀ ਉਹਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹੱਕ ਸੱਚ ਟੀਵੀ ਮੈਂ ਦਵਿੰਦਰ ਮਾਨਸੋ ਇਸ ਵਕਤ ਖੜੇ ਹਾਂ ਨਕੋਦਰ ਚੌਂਕ ਨਕੋਦਰ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫਰੈਸ਼ ਬਾਈਟਸ ਜੋ ਇੱਕ ਵਾਇਰਲ ਕਪਲ ਵਾਇਰਲ ਹੋਇਆ ਸੀਗਾ ਜੋ ਇੱਕ ਕਹਿ ਲਓ ਜਿਨ੍ਹਾਂ ਦੀ ਲਵ ਮੈਰਿਜ ਹੋਈ ਸੀਗੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਜਿਹੜਾ ਕਾਰੋਬਾਰ ਖੋਲ੍ਹਿਆ ਸੀ ਕੁੱਲੜ ਪੀਜ਼ੇ ਦਾ ਕਾਰੋਬਾਰ ਜੋ ਖੋਲ੍ਹਿਆ ਸੀਗਾ ਅਤੇ ਫਰੈਸ਼ ਬਾਈਟਸ ਦੇ ਨਾਮ ਦੇ ਨਾਲ ਜੋ ਇਹਨਾਂ ਦਾ ਦੁਕਾਨ ਇਹਨਾਂ ਦੀ ਜਿਹੜੀ ਕਾਰਡ ਚੱਲਦੀ ਹੈ ਸੋ ਇੱਥੇ ਦੇਖ ਸਕਦੇ ਹੋ ਕਿ ਮੁਹੱਲੇ ਵਾਲਿਆਂ ਵਾਂਗੋ ਵੱਲੋਂ ਜਿਹੜਾ ਇਲਜ਼ਾਮ ਲਗਾਇਆ ਗਿਆ ਹੈ ਕਿ ਜਿੰਨਾ ਵੀ ਕੂੜਾ ਕਰਕਟ ਹੁੰਦਾ ਆ ਸਾਡੇ ਗੇਟਾਂ ਦੇ ਬਾਹਰ ਆ ਕੇ ਸਿੱਟ ਦਿੰਦੇ ਨੇ ਅਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਜਿਹੜੀ ਪਾਰਕਿੰਗ ਹੈ ਸਾਡੇ ਗੇਟਾਂ ਦੇ ਮੂਹਰੇ ਲੱਗਦੀ ਹੈ ਅਤੇ ਮੁਹੱਲੇ ਵਾਲੇ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਸ਼ਾਮ ਨੂੰ ਸੈਰ 'ਤੇ ਨਿਕਲਣਾ ਹੁੰਦਾ ਆ ਤਾਂ ਸਾਨੂੰ ਜਿਹੜੀ ਆ ਦਿੱਕਤ ਆਉਂਦੀ ਹੈ ਆਉਣ ਜਾਣ ਦੇ ਵਿੱਚ ਕਿ ਇੰਨੀ ਜ਼ਿਆਦਾ ਪਾਰਕਿੰਗ ਹੁੰਦੀ ਹੈ ਇੰਨਾ ਜ਼ਿਆਦਾ ਰਸ਼ ਹੁੰਦਾ ਆ ਸੋ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਇੱਥੇ ਰਸ਼ ਪਿਆ ਹੋਇਆ ਮੁਹੱਲੇ ਵਾਲੇ ਨੇ ਇਹ ਵੀ ਕਿਹਾ ਕਿ ਜੇਕਰ ਇਹ ਪਾਰਕਿੰਗ ਨਹੀਂ ਹਟਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਇੱਥੇ ਧਰਨਾ ਵੀ ਲਵਾਂਗੇ ਸੋ ਦੇਖ ਸਕਦੇ ਹੋ ਕਿ ਕਿੰਨਾ ਰਸ਼ ਪਿਆ ਹੋਇਆ ਆ ਸੋ ਲਵਲੀ ਦੇ ਬਿਲਕੁਲ ਬਾਹਰ ਨਕੋਦਰ ਚੌਂਕ ਇਹਨਾਂ ਦੀ ਇੱਕ ਜਿਹੜੀ ਕਾਰਡ ਲੱਗਦੀ ਕੁੱਲੜ ਪੀਜ਼ੇ ਦੀ ਸੋ ਇੱਕ ਵਾਇਰਲ ਕਪਲ ਜੋ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀਗਾ ਅਤੇ ਬਹੁਤ ਸਾਰਾ ਪਿਆਰ ਮਿਲਿਆ ਸੀ ਲੋਕਾਂ ਵੱਲੋਂ ਪਰ ਅੱਜ ਤੁਸੀਂ ਦੇਖ ਸਕਦੇ ਕਿ ਮੁਹੱਲੇ ਵਾਲਿਆਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਇਸ ਚੀਜ਼ ਦਾ ਕਿ ਜਿਹੜਾ ਬਹੁਤ ਸਾਰਾ ਜਿਹੜਾ ਕੂੜਾ ਕਰਕਟ ਆ ਸਾਡੇ ਗੇਟਾਂ ਦੇ ਬਾਹਰ ਆ ਕੇ ਸਿੱਟ ਦਿੰਦੇ ਨੇ ਪਾਰਕਿੰਗ ਜਿਹੜੀ ਆ ਸਾਡੇ ਗੇਟਾਂ ਦੇ ਬਾਹਰ ਲੱਗਦੀ ਹੈ ਸੋ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਰਸ਼ ਪਿਆ ਹੋਇਆ ਮੁਹੱਲੇ ਵਾਲਿਆਂ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਸੋ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਮੁੱਦਾ ਕੀ ਹੈ ਵੀਰੇ ਤੋਂ ਖੜਿਆਂ ਗੱਲਬਾਤ ਕਰਦੇ ਹਾਂ ਕਿ ਅਸਲ ਮੁੱਦਾ ਕੀ ਹੈ ਕੀ ਗੱਲਬਾਤ ਹੋਈ ਵੀਰੇ ਕੀ ਗੱਲਬਾਤ ਹੋਈ ਭਾਜੀ ਕੁਛ ਨਹੀਂ ਮੁੰਡੇ ਦੇ ਨਾ ਅੱਗੇ ਮੀਡੀਆ ਵਾਲੇ ਨਾਲ ਅਸੀਂ ਜਿੱਦਾਂ ਮੀਡੀਆ ਵਾਲੇ ਕਵਰ ਕਰ ਰਹੇ ਸੀ ਸਾਨੂੰ ਅਤੇ ਆਉਂਦੇ ਨਾ ਉਤਰਦਿਆਂ ਸਰ ਵਾਈਫ ਨੂੰ ਬਦਤਮੀਜ਼ੀ ਕਰਨ ਲੱਗ ਗਿਆ ਗਾਲੀ ਗਲੋਚ ਕਰਨ ਲੱਗ ਗਿਆ ਤਿੰਨ ਵਾਰੀ ਅੱਗੇ ਵੀ ਕੀਤੀ ਸੀ ਉਹਨੇ ਮੀਡੀਆ ਨੇ ਵੀਡੀਓ ਨੈੱਟ 'ਤੇ ਪਾ ਦਿੱਤੀ ਉਸ ਤੋਂ ਬਾਅਦ ਉਹ ਸਾਡੇ ਨਾਲ ਕਿਲਾ ਕਹਿੰਦਾ ਤੇਰੇ ਤੋਂ ਬਦਲਾ ਲੈਣਾ ਬਸ ਉਸੇ ਚੀਜ਼ ਦਾ ਬਦਲੇ ਦੀ ਬਾਰ ਬਾਰ ਧਮਕੀਆਂ ਅੱਜ ਉਤਰਦਿਆਂ ਸਰ ਤੇਰੇ ਥੱਪੜ ਮਾਰ ਦੇਣਾ ਮੁੰਡੇ 'ਤੇ ਹੱਥ ਵੀ ਚੱਕਿਆ ਉਹਨੇ ਸਰਦਾਰ ਜੀ ਅੱਜ ਪਹਿਲਾ ਦਿਨ ਸੀ ਉਹਨਾਂ ਦਾ ਕੰਮ 'ਤੇ ਉਹਨਾਂ 'ਤੇ ਵੀ ਹੱਥ ਚੱਕਿਆ ਅੱਗੋਂ ਕਿਨਮ ਲੈਂਦੇ ਹੈਗੇ ਮਾਂ ਭੈਣ ਦੀਆਂ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਤੈਨੂੰ ਜਾਨ ਤੋਂ ਮਾਰ ਦੇਣਾ ਤੈਨੂੰ ਜਾਨ ਤੋਂ ਮਾਰ ਦੇਣਾ ਬਸ ਨਿਬੜੀ ਗਈ ਨਿਬੜੀ ਹਜੇ ਕੁਛ ਨਹੀਂ ਆਪ ਐਕਟਿਵਾ ਲੈ ਕੇ ਭੱਜ ਗਿਆ ਬਾਕੀ ਹੁਣ ਪਤਾ ਨਹੀਂ ਆਪਸ 'ਚ ਹੁਣ ਪੁਲਿਸ ਵਾਲੇ ਆਏ ਆ ਤੇ ਕਾਰ ਦੇ ਵਿੱਚ ਆਇਆ ਸੀਗਾ ਬਟ ਕਾਰ 'ਚੋਂ ਨਿਕਲ ਕੇ ਐਕਟਿਵਾ ਲੈ ਕੇ ਭੱਜ ਗਿਆ ਤੇ ਕਾਰ ਇੱਥੇ ਖੜੀ ਹੈ ਕਾਰ ਪਿੱਛੇ ਗਲੀ 'ਚ ਖੜੀ ਹੈ ਭਾਜੀ ਗਲੀ 'ਚ ਪਤਾ ਨਹੀਂ ਬੰਦਾ ਕਿੱਥੋਂ ਆ ਭਾਜੀ ਇਹ ਗਲੀ ਦਾ ਹੀ ਹੈ ਮੁੰਡਾ ਜੀ ਭਾਜੀ ਗਵੰਡੀ ਹੈ ਤੇ ਪੁਲਿਸ ਹੁਣ ਕੀ ਕਹਿ ਰਹੀ ਹੈ ਪੁਲਿਸ ਹੁਣ ਭਾਜੀ ਪਤਾ ਨਹੀਂ ਆਏ ਆ ਦੇਖੋ ਕੀ ਕਹਿੰਦੇ ਆ ਇਹ ਵੀ ਕਹਿ ਰਹੇ ਕਿ ਸਾਡੇ ਗੇਟ ਦੇ ਮੂਰੇ ਕੂੜਾ ਸਿੱਟਦੇ ਨੇ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਕੁਛ ਨਹੀਂ ਹੈਗਾ ਜਿਨ੍ਹਾਂ ਨੇ ਸ਼ਰਾਬ ਦੀ ਬੋਤਲ ਦੀ ਗੱਲ ਕੀਤੀ ਹੈ ਨਾ ਉਹ ਆਪ ਪਿੱਛੇ ਕੋਠੇ ਤੇ ਖੜੇ ਹੋ ਕੇ ਗਾਣੇ ਲਾ ਕੇ ਸ਼ਰਾਬ ਪੀਂਦੇ ਮੇਰੇ ਸਾਹਮਣੇ ਉਹਨਾਂ ਨੇ ਬੋਤਲਾਂ ਸੱਟੀਆਂ ਬਿਨਾਂ ਗੱਲ ਤੋਂ ਬਦਨਾਮ ਸਾਨੂੰ ਕੀਤਾ ਜਾ ਰਿਹਾ ਤੁਸੀਂ ਦੱਸੋ ਸੀ ਸ਼ਰਾਬ ਵਾਲੀ ਗੱਲ ਹੈ ਨਾ ਆਹ ਚੀਜ਼ ਤਾਂ ਤੁਸੀਂ ਅਸੀਂ ਡੇਲੀ ਵਲੌਗਿੰਗ ਕਰਦੇ ਹਾਂ YouTube ਤੇ ਸਾਡਾ ਚੈਨਲ ਹੈ ਅਸੀਂ ਸਵੇਰ ਤੋਂ ਲੈ ਕੇ ਜਦੋਂ ਦੇ ਦੁਕਾਨ ਤੇ ਆਉਂਦੇ ਆ ਰਾਤ ਤੱਕ ਦਾ ਅਸੀਂ ਪੂਰੀ ਕਲਿੱਪ ਉਹਦੇ ਵਿੱਚ ਐਡ ਕਰਦੇ ਆ ਜੇ ਇਦਾਂ ਦੀ ਕੋਈ ਗੱਲ ਹੁੰਦੀ ਕਿ ਸਾਡੇ ਕਸਟਮਰ ਨਹੀਂ ਬੋਲਦੇ ਮੈਨੂੰ ਇੱਕ ਗੱਲ ਦੱਸੋ ਜੀ ਇਸ ਟਾਈਮ ਨਾ ਇਹ ਨਾ ਸਾਰੇ ਨਾ ਜਾਣ ਕੇ ਉਸ ਬੰਦੇ ਨੇ ਨਾ ਕਿਉਂਕਿ ਗਲੀ 'ਚ ਪੁਰਾਣਾ ਰਹਿੰਦਾ ਜਾਣ ਬੁੱਝ ਕੇ ਗਲੀ ਵਾਲਿਆਂ ਨੂੰ ਅੱਗੇ ਕੀਤਾ ਗਲੀ ਦਾ ਰਸਤਾ ਨਾ ਮੇਨ ਵੈਸੇ ਮੈਂ ਅੱਜ ਤੱਕ ਮੈਂ ਨਵਾਂ ਜਦੋਂ ਕੰਮ ਕਰਦੇ ਚਲੋ ਰਸ਼ ਪੈਣਾ ਹੁਣੇ 3 ਮਹੀਨੇ ਛੁੱਟੇ ਮੈਂ ਪਿਛਲੇ 3 ਮਹੀਨੇ ਤੋਂ ਕਿਸੇ ਨੂੰ ਨਹੀਂ ਦੇਖਿਆ ਗਲੀ 'ਚੋਂ ਬਾਹਰ ਕਿਉਂਕਿ ਸਾਰੀ ਗਲੀ ਨਾ ਉਧਰੋਂ ਬਾਹਰ ਜਾਂਦੀ ਹੈ ਇਹ ਗਲੀ 'ਚੋਂ ਨਾ ਕਿਉਂਕਿ ਇੱਧਰ ਨਾ ਲਵਲੀ ਸਵੀਟਸ ਦੇ ਨਾ ਸਾਰੇ ਬੰਦੇ ਬਾਹਰ ਆਉਂਦੇ ਆ ਉਧਰੋਂ ਲੇਬਰ ਸਾਰੀ ਇੱਥੇ ਰਹਿੰਦੀ ਆ ਉਹਨਾਂ ਦੀ ਪਾਰਕਿੰਗ ਜ਼ਿਆਦਾ ਹੁੰਦੀ ਆ ਸਾਰੀ ਅਤੇ ਉਹਦੇ ਕਰਕੇ ਨਾ ਉਹ ਆਉਂਦੇ ਹੈਗੇ ਆ ਇੱਧਰੋਂ ਮੈਂ ਅੱਜ ਤੱਕ ਕਦੇ ਵੀ ਕਿਸੇ ਫੈਮਿਲੀ ਨੂੰ ਦੇਖਿਆ ਹਾਲਾਂਕਿ ਵਿੱਚ ਕੁਝ ਫੈਮਿਲੀਆਂ ਸਾਨੂੰ ਆ ਕੇ ਸਾਥ ਦਿੰਦੀਆਂ ਸਾਡਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੇ ਵੀਰੇ ਤੁਹਾਡੀ ਨਾ ਲਿਬੜੀ ਤੁਸੀਂ ਇੱਥੋਂ ਸ਼ੋਪ ਚੱਕੋਗੇ ਕਿਤੇ ਹੋਰ ਲੈ ਕੇ ਜਾਓਗੇ ਜੀ ਦੇਖੋ ਸ਼ੋਪ ਚੱਕਾਂਗੇ ਤੇ ਫਿਰ ਤਾਂ ਮਤਲਬ ਇਹ ਦਬਾਨ ਵਾਲਾ ਕੰਮ ਹੋ ਜਾਂਦਾ ਅਸੀਂ ਜਿੰਨਾ ਚਿਰ ਤੱਕ ਵਾਹਿਗੁਰੂ ਨੇ ਸਾਥ ਦਿੱਤੇ ਆ ਕੰਮ ਕਰਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਜੀ ਬੰਦਾ ਜੀ ਰੱਖੇ
जे आप टाइमली शॉप बंद करेंगे इशू बनना ही नहीं सर। एक्चुअली ना रात का नहीं कोई इशू है ना, सवेरे दोपहर का इशू चलता पे। मेरी गल जी जी, पहली गल तो तुसी कंप्लेंट मूव करो। ठीक है सर, वो एक्शन लेना मेरा काम है। ठीक है जी। दूसरा गल है कि तुसी 11 बजे नु बंद कर दे, इशू बनना ही नहीं है। ठीक है सर, ऑलरेडी तुहानू थर्ड टाइम मैं तुहानू वार्न कर रहा हूं। पहले भी मैं 1:30 बजे रात नु किया सी, तुहानू एक बार 12 बजे किया सीगा। 12 बजे 1:30 बजे दुकान ना खोलण दा मतलब इत्थे रश लगना सर, सानू ना लड़ाई बधांदे बधांदे टाइम लग जांदा सामान चकदे चकदे। सर साढ़े को सिर्फ फैमिली ही आंदियां जी जी। मेरी गल ज्यादा तुसी लाइसेंस 24 आवर्स वाला लाओ, 24 घंटे वाला, सानू कोई इतराज ना होवे, तुसी ओ ले लो, सानू कोई इतराज नहीं, साडा पुलिस इलाज नहीं आऊगा कोई। ठीक है सर, जे तुसी बेटाइम आए बंद खोल के रखोगे फिर वो इशू बन जाएगा। ठीक है सर, सियाणा बंदा यार। जनाब आप एक कंप्लेंट कितने दी थाने या पुलिस स्टेशन दे दो कंप्लेंट, या वो इशू पुलिस कंप्लेंट पुलिस स्टेशन ही होती है, नहीं तो मेरा आईओ खड़ा होने दे दो लिख के। डीएसपी साहब अपने ते डिप्टी कमिश्नर अंकुर गुप्ता, अंकुर गुप्ता कमिश्नर दफ्तर फटा डिस्क्रिप्शन है, जिथे मेरे कंप्लेंट देनी है ओथे तुसी दियो, आ मीडिया है। अच्छा जी, ओके, ਤੁਸੀਂ ਜਿੱਥੇ ਕੰਪਲੇਂਟ ਦੇਣੀ ਹੈ ਤੁਸੀਂ ਦੇ ਸਕਦੇ ਹੋ, ਮੈਂ ਇੱਥੇ ਤੁਹਾਡਾ ਇਮੀਡੀਏਟ SHO ਤੁਹਾਡਾ, ਤੁਸੀਂ ਸਾਨੂੰ ਦਿਓ। ਨਹੀਂ ਤੁਸੀਂ ਸਲਾਹ ਤਾਂ ਸਹੀ ਦਿੱਤੀ ਹੈ ਕਿ ਚਲੋ ਰੋਂਦਾ ਵੀ ਰੱਖ ਲਓ ਥੋੜ੍ਹਾ ਜਿਹਾ ਟ੍ਰੈਫਿਕ, ਕਿਉਂਕਿ ਸਾਰੀਆਂ ਦੀ ਸਮੱਸਿਆ ਮੈਂ ਸਮਝਦਾ ਇੱਥੇ ਕਿੰਨਾ ਰਸ਼ ਹੈ ਮਾਰਕੀਟ, ਤੁਹਾਡਾ ਬਿਜ਼ਨਸ ਫਲਰਿਸ਼ ਹੋ ਰਿਹਾ, ਸਾਨੂੰ ਖੁਸ਼ੀ ਹੈ ਇਸ ਕੰਮ 'ਚ। ਬਿਲਕੁਲ, ਪਰ ਇਹਦੀ ਵਜ੍ਹਾ ਨਾਲ ਬਾਕੀ ਲੋਕਾਂ ਨੂੰ ਨੁਕਸਾਨ ਨਾ ਹੋਵੇ, ਬਾਕੀ ਲੋਕਾਂ ਨੂੰ ਸਮੱਸਿਆਵਾਂ ਕਿਉਂ ਆਉਣ ਸਰ। ਬਟ ਉਹ ਨਾ ਬਿਨਾਂ ਗੱਲ ਕੋਮਨ ਸਮੱਸਿਆ ਬਣ ਗਈ ਨਾ ਕਰਕੇ, ਮੈਂ ਤੁਹਾਡੀ ਗੱਲ ਸਮਝਦਾ, ਪਰ ਇਹ ਸਮੱਸਿਆ ਸੀ ਅਲਗ ਸੀ, ਬੋਰਡ ਵੀ ਲਗਾ ਦਿੱਤਾ ਆ, ਸਾਰਾ ਕੁਝ ਬੋਰਡ ਲੱਗਿਆ ਹੋਇਆ ਵਾ। ਇੱਕ ਮਿੰਟ ਆਓ ਜਰਾ, ਕੰਪਲੇਂਟ ਮੂਵ ਕਰੋ ਐਵੇਂ। ਜਰਾ ਇੱਕ ਮਿੰਟ, ਤੁਸੀਂ ਆ ਕੇ ਬੋਲੋ। ਵੀਰਵਿੰਦਰ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ, ਇਹਨਾਂ ਨੂੰ ਨਾ ਮਾਰਨ ਦੀ ਧਮਕੀ, ਉਹ ਗਲਤ ਦੇ ਉਹਨਾਂ ਥੋੜੀ ਕੰਪਲੇਂਟ ਦਿਓ ਲਿਖਾ ਕੇ, ਆਓ ਕੰਪਲੇਂਟ ਦੇ ਦੇਣ ਨਾਲ ਇਹ ਗੱਲ ਨੂੰ 20 ਵਾਰ ਕਹਿ ਚੁੱਕਿਆ ਮੈਂ, ਹਾਲੇ ਤੱਕ ਕੰਪਲੇਂਟ ਨਹੀਂ ਕੀਤੀ। ਬਟ ਠੀਕ ਹੈ, ਕੋਈ ਚੱਕਰ ਨਹੀਂ, ਕੰਪਲੇਂਟ ਲਿਖ ਕੇ ਦਿਓ, ਲਿਓ ਮੈਂ ਕੰਪਲੇਂਟ ਲਿਖਾ ਲਿਆ, ਕੰਪਲੇਂਟ ਕਾਲ ਕੰਮ ਕਰਦੇ। ਠੀਕ ਹੈ ਜੀ, ਠੀਕ ਹੈ, ਮਿਹਰਬਾਨੀ ਸਰ। ਬਸ ਕੀ ਕਹਿਣਾ ਪੁਲਿਸ ਦਾ, ਕੀ ਕਹਿਣਾ? ਉਹ ਕਹਿੰਦੇ ਕੰਪਲੇਂਟ ਲਿਖ ਕੇ ਦਿਓ ਫਿਰ ਅਸੀਂ ਕਾਰਵਾਈ ਕਰਾਂਗੇ। ਕਿਹੜੀ ਕਾਰਵਾਈ ਕਰਨ? ਹੁਣ ਪਤਾ ਨਹੀਂ ਉਹਨਾਂ ਦੀ ਕੀ ਬਣਦੀ ਕਾਰਵਾਈ। ਸਲਾਹ ਮਸ਼ਵਰਾ ਧਮਕੀ ਆਈ ਹੈ, ਉਹ ਆਪਣੀ ਪੈਰਵਾਈ ਕਰਨਗੇ ਉਹ ਆਪਣੀ ਬਾਈ, ਕਾਨੂੰਨ ਨਾਲੋਂ ਵੱਡੀ ਚੀਜ਼ ਕੋਈ ਨਹੀਂ। ਸੋ ਦੇਖ ਸਕਦੇ ਹੋ ਕਿ ਇਹਨਾਂ ਨੂੰ ਜਿਹੜੀ ਜਾਨ ਤੋਂ ਮਾਰਨ ਦੀ ਧਮਕੀ ਵੀ ਆ ਰਹੀ ਹੈ, ਸੋ ਪੁਲਿਸ ਨੇ ਇਹ ਸਲਾਹ ਦਿੱਤੀ ਹੈ ਕਿ ਜਿਹੜੀ ਤੁਸੀਂ ਕੰਪਲੇਂਟ ਜਲਦੀ ਤੋਂ ਜਲਦੀ ਜਿਹੜਾ ਦਰਜ ਕਰਵਾਓ। ਅੱਗੇ ਕਹਿਣਾ ਵੀਡੀਓ ਤੁਸੀਂ 5 ਮਿੰਟ ਫਿਰ ਇਹਨਾਂ ਨੇ ਉਹੀ ਕੰਮ ਕਰਤਾ, 5 ਮਿੰਟ ਬਾਅਦ ਮੇਰੇ ਸੀ ਕਿ ਤੁਹਾਡੇ ਲੱਗੇ ਆ, ਅਤੇ ਬਾਅਦ ਚੋਂ ਬਾਅਦ ਉਸ ਤੋਂ ਬਾਅਦ ਸਾਰੇ ਚਲੇ ਗਏ, ਦੇਖੋ ਕਿਤੇ ਲੱਗੇ ਸੀ ਫਿਰ ਲੋਕਾਂ ਦੇ, ਲੋਕ ਇਹਨਾਂ ਦੇ ਲੱਗੇ ਜਿਹੜੇ ਸੀ, ਹੁਣ ਤਾਂ ਉਹ ਗੱਡੀ ਆਈ, ਗੱਡੀ ਨਿਕਲਣ ਦਾ ਰਸਤਾ ਨਹੀਂ ਸਰ, ਇਹਨਾਂ ਦੇ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਸਰ, ਹੁਣ ਅਸੀਂ ਸਾਰੇ ਰਿਟਰਨ ਲਿਖ ਕੇ ਸਾਰੇ ਰਿਟਰਨ ਦਰਖਾਸਤ ਹੁਣ ਦੇਵਾਂਗੇ ਜੀ। ਪਹਿਲਾਂ ਤਾਂ ਗਵਾਂਢ ਕਰਕੇ ਇਹੀ ਕਹਿੰਦੇ ਪਏ ਸੀ ਯਾਰ, ਆਪਣਾ ਤੁਸੀਂ ਮੈਨੇਜਮੈਂਟ ਕਰੋ, ਇਨਡਿਸਪਲਿਨ ਨਾ ਕਰੋ, ਡਿਸਪਲਿਨ 'ਚ ਗੱਡੀਆਂ ਲਓ, ਹੁਣ ਅਸੀਂ ਸਵੇਰੇ ਦੇਵਾਂਗੇ ਜੀ। ਸਾਰਾ ਮੱਲਾ ਇਕੱਠਾ ਹੋ ਗਿਆ ਸਰ, ਅਸੀਂ ਪ੍ਰਸ਼ਾਸਨ ਨੂੰ ਦਵਾਂਗੇ। ਐਸ ਕੇ ਸਾਡੇ ਨਾਲ ਜਿਹੜੇ ਕਿ ਮੱਲਾ ਵਾਸੀ, ਜਿਨ੍ਹਾਂ ਨੇ ਆਪਣੇ ਵੱਲੋਂ ਦੱਸਿਆ ਗਿਆ ਕਿ ਜਦੋਂ ਸਵੇਰ ਨੂੰ ਵੀ ਜਦੋਂ ਸਰ ਕੀ ਗੱਲ ਕੀ ਹੋ ਗਈ ਭਾਅ ਜੀ? ਇਹਨਾਂ ਨੇ ਨਾ ਰਸਤਾ ਸਾਰਾ ਮੱਲੇ ਦਾ ਰੋਕ ਕੇ ਰੱਖਦੇ ਆ ਭਾਅ ਜੀ, ਕੋਈ ਵੀ ਕੰਮ ਹੋਵੇ ਕਿਤੇ ਐਕਟਿਵਾ ਵੀ ਨਿਕਲੋ, ਨਿਕਲਣੀ ਔਖੀ ਆ ਭਾਈ ਸਾਡੀ, ਕੋਈ ਵੀ ਹੋਵੇ ਇੱਥੇ ਇਹਨਾਂ ਦਾ ਜਾਮ ਲੱਗ ਜਾਂਦਾ, ਆਉਣਾ ਜਾਣਾ ਸਾਡਾ ਬਹੁਤ ਔਖਾ, ਕੋਈ ਵੀ ਗੰਦ ਇੱਥੇ ਪਿਆ ਰਹਿੰਦਾ, ਜਦੋਂ ਦੇਖੋ ਇਹਨਾਂ ਨੂੰ ਕਿਹਾ ਰਹਿੰਦਾ ਇਹਨਾਂ ਨੂੰ, ਅਸੀਂ ਕਹੀਦਾ ਯਾਰ ਕਿ ਯਾਰ ਤੁਸੀਂ ਇੱਥੇ ਕਰ ਲਓ, ਪਰ ਨਹੀਂ, ਦੁਪਹਿਰੇ ਪਹਿਲਾਂ 4 ਵਜੇ ਹੋਇਆ ਉਸ ਲਈ ਅਸੀਂ, ਇਹ ਮੇਰਾ ਗੈਰੇਜ ਹੈ, ਉੱਪਰ ਮੇਰਾ ਘਰ ਹੈ, ਐਕਟਿਵਾ ਨਹੀਂ ਨਿਕਲਣ ਦਾ ਰਸਤਾ ਸੀ, ਇੰਨੀ ਵੱਡੀ ਗਲੀ ਹੋਵੇ ਤਾਂ ਇੱਕ ਐਕਟਿਵਾ ਨਾ ਨਿਕਲੇ, ਉਹ ਗੱਲ ਨਿਬੜੀ ਹੈ। ਉਸ ਦਾ ਇੱਕੋ ਭਾਈ ਸਾਹਿਬ, ਉਹਨਾਂ ਦੀ ਗੱਡੀ ਹੈ, ਉਹਨਾਂ ਦੀ ਮਦਰ ਨਾਲ ਸੀ, ਅੰਦਰ ਜਾਣਾ ਸੀ ਉਹਨਾਂ ਨੇ, ਉਹਨਾਂ ਦੀ ਪੈਰਾਲਾਈਜ਼ ਹੈ, ਉਹਨੇ ਉਹ ਰਸਤਾ ਨਹੀਂ ਮਿਲਿਆ, ਉਹਨੇ ਤਾਂ ਨੈਚੁਰਲੀ ਹੋਰਨ ਦਬਣੀ ਹੈ ਭਾਅ ਜੀ, ਜਿਹਦੀ ਮਦਰ ਠੀਕ ਨਾ ਉਹਨੇ ਜਾਣਾ, ਬਸ ਉਹ ਇਹ ਬੋਲਣ ਲੱਗ ਪਏ ਆ, ਉਹ ਬਸ ਫਿਰ ਰੋਲਾ ਬਾਤ ਹੈ, ਕਹਿੰਦੇ ਅਸੀਂ ਤਾਂ ਕਿਰਾਇਆ ਦਿੰਦੇ ਹਾਂ, ਅਸੀਂ ਤਾਂ ਗੱਡੀ ਇੱਦਾਂ ਖੜੀਆਂ ਕਰਾਉਣੀਆਂ। ਕੂੜਾ ਕਰਕਟ ਸਿੱਟਦੇ ਨੂੰ ਕਿੰਨਾ ਕੁ ਸਮਾਂ ਹੋ ਗਿਆ? ਹਾਂਜੀ, ਕੂੜਾ ਕਰਕਟ ਸਿੱਟਦੇ ਨੂੰ ਕਿੰਨਾ ਕੁ ਸਮਾਂ? ਸਰ ਸਾਡੇ ਕੋਲ ਮੂਵੀ ਹੈ, ਸਾਰਾ ਕੁਝ ਹੈ, ਤੁਹਾਨੂੰ ਦਿਖਾ, ਮੂਵੀ ਦਿਖਾਓ, ਇਹ ਦੇਖੋ ਗੰਦ ਕਿੱਦਾਂ ਪਿਆ ਰਹਿੰਦਾ, ਮੂਵੀ ਦਿਖਾਓ। ਅਸੀਂ ਤਾਂ ਸਰ ਬਗੈਰ ਮੂਵੀ ਸ਼ਰਾਬ ਤਾਂ ਪਲਾਉਂਦੇ ਸਰ, ਇੱਥੇ ਸਾਡਾ ਜੀ ਨਾ ਆਰਾਮ ਹੈ ਮੱਲੇ ਵਾਸੀਆਂ ਦਾ, ਇਹ ਦੇਖੋ ਸਾਡੀ ਦੁਕਾਨ ਦੇ ਬਾਹਰ ਕੂੜਾ, ਇਹ ਦੁਕਾਨ ਦੇ ਬਾਹਰ ਕੂੜਾ ਸਰ, ਇਹ ਹੱਲ ਆ ਕੋਈ ਸਾਡਾ ਸਰ? ਚੱਕਦੇ ਨਹੀਂ? ਨਹੀਂ ਸਰ, ਸਵੇਰੇ ਅਸੀਂ ਸਾਂਝ ਕਰਨਾ ਪੈਂਦਾ, ਸਾਡਾ ਬੁਰਾ ਹਾਲ ਆ, ਕਿੰਨਾ ਕੁ ਸਰ ਬੰਦਾ ਕਰੇਗਾ, ਉੱਪਰ ਘਰ ਹੈ, ਸਮਝਦੇ ਨਹੀਂ, ਪਿਆਰ ਨਾਲ ਕਿਹਾ ਕਿ ਕੰਮ ਕਰੋ, ਸਾਰੇ ਰੋ, ਪਰ ਨਹੀਂ ਹਟਦੇ ਨਹੀਂ ਆ, ਹਟਦੇ ਨਹੀਂ ਆ, ਹਰ ਥੋੜ੍ਹੀ ਦੇਰ ਬਾਅਦ, ਪਹਿਲਾਂ 4 ਵਜੇ ਮੇਰੇ ਨਾਲ ਹੋਇਆ, 6 ਵਜੇ ਉਹ ਮੱਲੇ ਵਾਲਿਆਂ ਨਾਲ ਹੋ ਗਿਆ ਸਰ, ਕਿਸੇ ਨਾ ਕਿਸੇ ਨਾਲ ਕਰੀ ਜਾਂਦੇ ਆ, ਨਹੀਂ ਜੀ ਅਸੀਂ ਕਰਨਾ ਹੀ ਕਰਨਾ, ਅਸੀਂ ਤਾਂ ਕਿਰਾਇਆ ਦਿੰਦੇ 35,000 ਰੁਪਏ, ਤੂੰ 35,000 ਦਿਨਾ ਠੇਕੇ ਸਾਨੂੰ ਥੋੜ੍ਹੀ ਖਰੀਦ ਲਿਆ 35,000 'ਚ, ਉਹ ਮਾਲਕ ਮਕਾਨ ਇੱਕ ਵਾਰ ਵੀ ਨਹੀਂ ਆਇਆ ਸਰ, ਕਿ ਹਾਂ ਵੀ ਤੇਰਾ ਰੋਲਾ, ਸਾਹਮਣੇ ਦੁਕਾਨ ਆਉਂਦੀ, ਉਹਨੂੰ ਪਤਾ ਲੱਗਿਆ ਉਹ ਨਹੀਂ ਆਇਆ, ਉਹਨੇ ਕਿਉਂ ਆਉਣਾ, ਉਹਨੂੰ ਕਰਾਇਆ ਮੌਕੇ ਤੇ ਪੁਲਿਸ ਵੀ ਪਹੁੰਚੀ, ਪੁਲਿਸ ਦਾ ਕੀ ਕਹਿਣਾ ਸਰ? ਅਸੀਂ ਉਹਨਾਂ ਨੇ ਕਿਹਾ, ਆਸ਼ਵਾਸਨ ਦਿੱਤਾ ਕਿ ਸਵੇਰੇ ਜੋ ਹੋਏਗਾ ਵਧੀਆ ਹੋਏਗਾ, ਸਵੇਰੇ ਅਸੀਂ ਇੱਕ ਵਾਰੀ ਸਾਰਾ ਲਿਖ ਕੇ ਰਿਟਰਨ ਮੱਲੇ ਵਾਲਿਆਂ ਨਾਲ ਕੰਪਲੇਂਟ ਕਰਾਂਗੇ, ਜੋ ਹੋਏਗਾ ਸਰ ਸਾਡੀ, ਅਸੀਂ ਇਹ ਵੀ ਕਿਹਾ ਸੀ ਵੀ ਧਰਨਾ ਵੀ ਲਵਾਂਗੇ ਜੇ ਨਾ, ਜੇ ਨਹੀਂ ਕਰਨਾ ਪੈਣਾ ਸਰ, ਸਾਡਾ ਜੀਣਾ ਹਰਾਮ ਹੈ, ਦੂਸਰਾ